ਸਾਡਾ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਰਣਜੀਤ ਤੇ ਵੈਨਿਊ 2B ਬਲਾਗ ਪਾਰਵਤੀ ਹਸਪੀਟਲ ਦੇ ਸਾਹਮਣੇ ਪਾਰਕ ਫੇਸਿੰਗ ਗਰਾਉਂਡ ਫਲੋਰ ਕੋਰਨਰ ਦਾ ਇੱਕ ਫਲੈਟ ਲੈ ਕੇ ਆਏ ਹਾਂ ਬਹੁਤ ਹੀ ਅੱਛੀ ਲੋਕੇਸ਼ਨ ਤੇ ਅੱਜ ਦੀ ਪ੍ਰਾਪਰਟੀ ਲੋਕੇਟਿਡ ਹੈ ਜੀ ਫੁੱਲੀ ਫਰਨੀਸ਼ਡ ਹੈ ਫਲੈਟ ਆਪ ਜੀ ਨੂੰ ਮਿਲੇਗਾ 3BHK ਫਲੈਟ ਹੈਗਾ ਜੀ ਇਸ ਫਲੈਟ ਦੇ ਅੰਦਰ ਆਪ ਜੀ ਨੂੰ ਡਬਲ ਕਾਰ ਪਾਰਕਿੰਗ ਦੀ ਸਪੇਸ ਮਿਲੇਗੀ ਕਾਫੀ ਅੱਛੇ ਰੇਟਾਂ ਤੇ ਅੱਜ ਦੀ ਆਫਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬੜਾ ਈਜ਼ੀ ਹੈ ਤੁਹਾਨੂੰ ਬੈਂਕ ਦਾ ਬਹੁਤ ਹੀ ਸੋਹਣਾ ਇਸ ਫਲੈਟ ਦਾ ਇੰਟੀਰੀਅਰ ਦਾ ਕੰਮ ਕਰਵਾਇਆ ਗਿਆ ਹੈਗਾ ਜੇ ਬਹੁਤ ਹੀ ਸੋਹਣਾ ਇਹ ਦੇ ਅੰਦਰ ਲੱਕੜ ਦਾ ਕੰਮ ਹੈਗਾ ਜੇ ਤੁਸੀਂ ਇਹ ਮਾਸਟਰ ਬੈਡਰੂਮ ਵਗੈਰਾ ਚੈੱਕ ਕਰੋ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਹੈਗਾ ਅਰ ਆਪ ਜੀ ਕੋਈ ਪੌਸ਼ ਏਰੀਆ ਦੇ ਅੰਦਰ ਗਰਾਉਂਡ ਫਲੋਰ ਦਾ ਫਲੈਟ ਲੈਣਾ ਚਾਹੁੰਦੇ ਹੋ ਤੇ ਅੱਜ ਦੀ ਆਪਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਇਹ ਅੰਮ੍ਰਿਤਸਰ ਦਾ ਬਿਲਕੁਲ ਸੈਂਟਰ ਏਰੀਆ ਪੈਂਦਾ ਹੈਗਾ ਜੇ ਕਚਹਿਰੀ ਇਹਦੇ ਬਿਲਕੁਲ ਨਜ਼ਦੀਕ ਹੈਗਾ ਜੇ ਰਣਜੀਤ ਅਵੇ ਨੂੰ ਮੇਨ ਮਾਰਕੀਟ ਨਜ਼ਦੀਕ ਹੈਗੀ ਜੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਆਪ ਜੀ ਨੂੰ ਘਰ ਦੇ ਨੇੜੇ ਹੀ ਮਿਲ ਇਸ ਤਰ੍ਹਾਂ ਦੀ ਆਪਸ਼ਨ ਬਹੁਤ ਹੀ ਘੱਟ ਮਾਰਕੀਟ ਸੇਲ ਓਨਲੀ ਆਂਦੀਆਂ ਨੇ ਸਾਨੂੰ ਪੂਰੀ ਉਮੀਦ ਹੈ ਕਿ ਅਗਰ ਆਪ ਜੀ ਇੰਟਰਸਟ ਦਿਖਾਓਗੇ ਔਰ ਜਲਦੀ ਤੋਂ ਜਲਦੀ ਇਹਨੂੰ ਵਿਜ਼ਿਟ ਕਰੋਗੇ ਤੇ ਬਹੁਤ ਹੀ ਅੱਛੀ ਡੀਲ ਆਪ ਜੀ ਨੂੰ ਮਿਲੇਗੀ ਆਓ ਆਪ ਜੀ ਨੂੰ ਪਹਿਲਾਂ ਇਸ ਏਰੀਆ ਦਾ ਟੂਰ ਕਰਵਾਨਨੇ ਆ ਉਸ ਤੋਂ ਬਾਅਦ ਆਪ ਜੀ ਨੂੰ ਪੂਰਾ ਫਲੈਟ ਵੀ ਚੈੱਕ ਕਰਵਾਵਾਂਗੇ ਫਲੈਟ ਤੇ ਬਿਲਕੁਲ ਸਾਹਮਣੇ ਤੁਸੀਂ ਦੇਖੋ ਬਹੁਤ ਹੀ ਅੱਛਾ ਗਾਰਡਨ ਬਣਿਆ ਹੋਇਆ ਹੈ ਸਾਰਵਤੀ ਹਸਪੀਟਲ ਦੇ ਬਿਲਕੁਲ ਸਾਹਮਣੇ ਵਾਲੀ ਲੇਨ ਦੇ ਅੰਦਰ ਪਾਰਕ ਫੇਸਿੰਗ ਇਹ ਫਲੈਟ ਹੈਗਾ ਜੀ ਗਰਾਉਂਡ ਫਲੋਰ ਦਾ ਫਲੈਟ ਹੈ ਕਾਰਨਰ ਦਾ ਫਲ ਹੈੱਟ ਦੇ ਅੰਦਰ ਐਂਟਰ ਕਰਦੇ ਸਭ ਤੋਂ ਪਹਿਲਾਂ ਆਪ ਜੀ ਨੂੰ ਦੇਖੋ ਪਾਰਕਿੰਗ ਦੀ ਸਪੇਸ ਦਿੱਤੀ ਗਈ ਹੈ ਬਹੁਤ ਹੀ ਅچھے ਤਰੀਕੇ ਨਾਲ ਗ੍ਰੀਨਰੀ ਨਾਲ ਇਹਨੂੰ ਡੈਕੋਰੇਟ ਕੀਤਾ ਗਿਆ ਹੈ ਇੱਥੇ ਤੁਸੀਂ ਆਪਣੀ ਕਾਰ پارک ਕਰ ਸਕਦੇ ਹੋ ਆਓ ਕਾਰ ਆਪ ਜੀ ਨੂੰ ਅੰਦਰੋਂ ਚੈੱਕ ਕਰਵਾਨੇ ਆ ਬਾਹਰ ਜਾਲੀ ਦਾ ਗੇਟ ਲਗਾਇਆ ਗਿਆ ਹੈ ਇਹ ਨਾਰਥ ਫੇਸ ਦਾ ਫਲੈਟ ਹੈਗਾ ਜੀ ਤੇ ਇਹ ਗਰਾਉਂਡ ਫਲੋਰ ਹੈਗਾ ਜੀ 3 ਬੀ ਐਚ ਕੇ ਹੈਗਾ ਜੀ ਇਹਦਾ ਏਰੀਆ ਤਕਰੀਬਨ 220 ਗਾਜ ਦੇ ਕਰੀਬ ਆਂਦਾ ਹੈਗਾ ਜੀ ਕਾਰ ਦੇ ਅੰਦਰ ਐਂਟਰ ਕਰਦੇ ਤੁਸੀਂ ਸਭ ਤੋਂ ਪਹਿਲਾਂ ਦੇਖੋ ਡ੍ਰੈنگ ਰੂਮ ਦੀ ਸਪੇਸ ਦਿੱਤੀ ਗਈ ਹੈ ਬਹੁਤ ਹੀ ਅچھے ਤਰੀਕੇ ਦੇ ਨਾਲ ਇਹ ਦੇਖਦੇ ਤੁਸੀਂ ਦੇਖੋ एलजीफ ਦਾ ਫਰਨੀਚਰ ਲਗਾਇਆ ਗਿਆ ਸਾਹਮਣੇ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਸਪਲਟ ਏਸੀ ਇਹਦੇ ਅੰਦਰ ਲਗਾਇਆ ਗਿਆ ਫੁਲੀ ਫਰनिश्ड ਅੱਜ ਅਸੀਂ ਘਰ ਦੀ ਆਪਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਘਰ ਦੇ ਅੰਦਰ ਜੋ ਵੀ ਤੁਸੀਂ ਫਰਨੀਚਰ ਦੇਖ ਰਹੇ ਹੋ ਇਹ ਸਾਰਾ ਇਹਦੇ ਨਾਲ ਇਨਕਲੂਡ ਆਪ ਜੀ ਨੂੰ ਮਿਲੇਗਾ ਫਲੋਰ ਦੇ ਉੱਪਰ ਵਿਟਰੀਫਾਈਡ ਟਾਈਲ ਲਗਾਈ ਗਈ ਹੈ ਡਾਊਨ ਸੀਲਿੰਗ ਦਾ ਕੰਮ ਹੈਗਾ ਜੀ ਸੈਂਟਰ ਲੌਬੀ ਏਰੀਆ ਦੇ ਅੰਦਰ ਤੁਸੀਂ ਦੇਖੋ ਡਾਈਨਿੰਗ ਏਰੀਆ ਬਣਾਇਆ ਗਿਆ ਹੈ ਕਮਿਨਿਟੀ ਲਗਾਈ ਗਈ ਹੈ ਪ੍ਰੋਪਰ ਦੇਖੋ 6 ਸੀਟਰ ਡਾਈਨਿੰਗ ਟੇਬਲ ਹੈਗਾ ਜੀ ਡਾਊਨ ਸੀਲਿੰਗ ਦਾ ਕੰਮ ਹੈ ਕਾਫੀ ਅੱਛੀ ਆਜ਼ਦੀ ਆਪਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਇਹਦੇ ਸਾਹਮਣੇ ਤੁਸੀਂ ਫਰੰਟ ਸਾਈਡ ਦੇਖੋਗੇ ਤੇ ਇਸ ਘਰ ਦੀ ਇੱਕ ਐਂਟਰੈਂਸ ਥ੍ਰੀ ਸਟੇਜ ਕਿਸ ਵੱਲੋਂ ਵੀ ਆਪ ਜੀ ਨੂੰ ਦਿੱਤੀ ਜਾ ਰਹੀ ਹੈਗੀ ਹੈ ਆਓ ਆਪ ਜੀ ਨੂੰ ਕਿਚਨ ਏਰੀਆ ਚੈੱਕ ਕਰਵਾਣੇ ਹੈ ਕਿਚਨ ਦੇ ਅੰਦਰ ਤੁਸੀਂ ਦੇਖੋ ਯੂ ਸ਼ੇਪ ਦਾ ਕਾਉਂਟਰ ਬਣਾਇਆ ਗਿਆ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਪੂਰਾ ਲੱਕੜ ਦਾ ਕੰਮ ਆਪ ਜੀ ਨੂੰ ਕਰਕੇ ਦਿੱਤਾ ਜਾ ਰਿਹਾ ਪੂਰੀ ਇਨੋਟੈਕ ਫਿਟਿੰਗ ਇਹਦੇ ਅੰਦਰ ਇੰਸਟਾਲ ਕੀਤੀ ਗਈ ਹੈ ਡਬਲ ਬੋਲ ਦਾ ਸਿੰਕ ਲਗਾਇਆ ਗਿਆ ਹੈ ਕਾਫੀ ਅੱਛੀ ਇਹ ਕਿਚਨ ਹੈਗੀ ਜੀ ਔਰ ਵੈਲ ਮੇਨਟੇਨ ਹੈ ਪੂਰੀ ਕਿਚਨ ਹੈਗੀ ਜੀ ਸਾਨੂੰ ਪੂਰੀ ਉਮੀਦ ਹੈ ਕਿ ਇਹ ਵੀਡੀਓ ਅਗਰ ਤੁਸੀਂ ਪੂਰਾ ਦੇਖੋਗੇ ਤਾਂ ਇਹ ਫਲੈਟ ਆਪ ਜੀ ਨੂੰ ਬਹੁਤ ਹੀ ਸੋਹਣਾ ਲੱਗੇਗਾ ਕਿਉਂਕਿ ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਦੀ ਆਜੀ ਪ੍ਰਾਪਰਟੀ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਆਓ ਆਪ ਜੀ ਨੂੰ ਗਰਾਉਂਡ ਫਲੋਰ ਤੇ ਜਿਹੜਾ ਮਾਸਟਰ ਬੈੱਡਰੂਮ ਹੈ ਉਹਦੀ ਤਰਫ ਲੈ ਕੇ ਚੱਲੀਏ ਕਾਫੀ ਅੱਛੇ ਵੱਡੇ ਸਾਈਜ਼ ਦਾ ਹੈ ਮਾਸਟਰ ਬੈੱਡਰੂਮ ਤਿਆਰ ਕੀਤਾ ਗਿਆ ਹੈ ਇਹਦੇ ਅੰਦਰ ਤੁਸੀਂ ਦੇਖੋਗੇ ਤਾਂ ਬਹੁਤ ਹੀ ਸੋਹਣਾ ਡਬਲ ਬੈੱਡ ਲਗਾਇਆ ਗਿਆ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਹੈਗੀ ਏ ਪ੍ਰੋਪਰ ਤੁਸੀਂ ਦੇਖੋ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਹੈ ਇੱਕ ਦੀਵਾਰ ਤੇ ਬਹੁਤ ਹੀ ਸੋਹਣਾ ਵਾਲਪੇਪਰ ਲਗਾਇਆ ਗਿਆ ਇਸ ਇਸ ਤੋਂ ਇਲਾਵਾ ਤੁਸੀਂ ਬੈਠ ਤੇ ਇੱਕ ਸਾਈਡ ਤੇ ਦੇਖੋਗੇ ਤੇ ਬੈਠਣ ਲਈ ਸਿਟਿੰਗ ਏਰੀਆ ਬਣਾਇਆ ਗਿਆ ਹੈ ਉੱਪਰ ਲੌਫਟ ਤੇ ਉੱਪਰ ਵੀ ਅਲਮਾਰੀ ਬਣਾਈ ਗਈ ਹੈਗੀ ਇਸ ਤੋਂ ਇਲਾਵਾ ਟੀਵੀ ਪੈਨਲ ਲੱਗਾ ਜੇ ਡਰੈਸਿੰਗ ਟੇਬਲ ਲੱਗਾ ਜੇ ਨਾਲ ਹੀ ਅਟੈਚ ਆਪ ਜੀ ਨੂੰ ਕਾਫੀ ਅੱਛਾ ਵੱਡਾ ਬਾਥਰੂਮ ਮਿਲੇਗਾ ਬਾਥਰੂਮ ਦੇ ਅੰਦਰ ਵੀ ਪ੍ਰੋਪਰ ਵਾਲ ਟਾਇਲ ਫਲੋਰ ਟਾਇਲ ਲਗਾਈ ਗਈ ਹੈ ਸ਼ਾਵਰ ਏਰੀਆ ਨੂੰ ਕਵਰ ਕੀਤਾ ਗਿਆ ਹੈ ਐਗਜ਼ੋਸ ਦਾ ਪ੍ਰੋਵੀਜ਼ਨ ਦਿੱਤਾ ਗਿਆ ਪੂਰੀ ਬਾਥਰੂਮ ਫਿਟਿੰਗ ਆਪ ਜੀ ਨੂੰ ਲਗਾ ਕੇ ਦਿੱਤੀ ਜਾ ਰਹੀ ਹੈ ਕਾਫੀ ਅੱਛੇ ਵੱਡੇ ਸਾਈਜ਼ ਦਾ ਨੀਟ ਐਂਡ ਕਲੀਨ ਹੈ ਪੂਰਾ ਬਾਥਰੂਮ ਹੈਗਾ ਜੇ ਇਸ ਕਮਰੇ ਦੇ ਨਾਲ ਆਪ ਜੀ ਨੂੰ ਇੱਕ ਵਾਕਿੰਗ ਕਲੋਜ਼ਟ ਏਰੀਆ ਵੀ ਦਿੱਤਾ ਜਾ ਰਿਹਾ ਹੈਗਾ ਜਿਹਦੇ ਅੰਦਰ ਪੂਰੀ ਲੱਕੜ ਦੀਆਂ ਅਲਮਾਰੀਆਂ ਬਣਾਈਆਂ ਗਈਆਂ ਨੇ ਜਿਹਦੇ ਅੰਦਰ ਤੁਸੀਂ ਪੂਰਾ ਆਪਣਾ ਕਾਫੀ ਸਮਾਨ ਦੇ ਅੰਦਰ ਸਟੋਰ ਕਰ ਸਕਦੇ ਹੋ ਵੀ ਅੱਛੀ ਵੱਡੀ ਐ ਸਪੇਸ ਹੈਗੀ ਜੀ ਆਓ ਆਪ ਜੀ ਨੂੰ ਸੈਕੰਡ ਬੈਡਰੂਮ ਦੀ ਤਰਫ ਲੈ ਕੇ ਚੱਲਦੇ ਆਗੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਵੈਲ ਡੈਕੋਰੇਟਡ ਹੈ ਗਰਾਉਂਡ ਫਲੋਰ ਦੀ ਆਪਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਤੁਸੀਂ ਇਹ ਸੈਕੰਡ ਬੈਡਰੂਮ ਚੈੱਕ ਕਰੋ ਕਾਫੀ ਅੱਛੇ ਵੱਡੇ ਸਾਈਜ਼ ਹੈ ਹੈਵੀ ਬੈਡਰੂਮ ਜੇ ਇਹਦੇ ਅੰਦਰ ਹੀ ਪ੍ਰੋਪਰ ਡਬਲ ਬੈੱਡ ਲਗਾਇਆ ਗਿਆ ਡਰੈਸਿੰਗ ਟੇਬਲ ਹੈ ਸਿਟਿੰਗ ਦੇ ਲਈ ਤੋ ਇਹ ਦੇਖੋ ਸੋਫਾ ਸੈੱਟ ਲਗਾਇਆ ਗਿਆ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਹੈਗੀ ਏ ਤੋਂ ਇਲਾਵਾ ਤੁਸੀਂ ਬੈੱਡ ਦੇ ਆਪੋਜ਼ਿਟ ਦੇਖੋਗੇ ਤਾਂ ਆਪ ਜੀ ਨੂੰ ਕਾਫੀ ਅੱਛੀ ਵੱਡੀ ਲੱਕੜ ਦੀ ਅਲਮਾਰੀਆਂ ਬਣਾ ਕੇ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ ਇਹਦੇ ਅੰਦਰ ਹੀ ਤੁਸੀਂ ਦੇਖੋ ਟੀਵੀ ਵੀ ਇੰਸਟਾਲ ਕੀਤਾ ਗਿਆ ਹੈਗਾ ਇਹ ਕਮਰੇ ਦੇ ਨਾਲ ਵੀ ਅਟੈਚ ਆਪ ਜੀ ਨੂੰ ਬਾਥਰੂਮ ਏਰੀਆ ਵੀ ਦਿੱਤਾ ਜਾ ਰਿਹਾ ਹੈਗਾ ਜੀ ਸਾਨੂੰ ਪੂਰੀ ਉਮੀਦ ਹੈ ਕਿ ਇਹ ਫਲੈਟ ਆਪ ਜੀ ਨੂੰ ਬਹੁਤ ਹੀ ਸੋਹਣਾ ਲੱਗੇਗਾ ਅਸੀਂ ਤੁਹਾਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੇ ਨਮਾ ਸਕਰੀਨ ਤੇ ਦਿੱਤੇ ਗਏ ਨੇ ਸਾਡੇ ਨਾਲ ਕੰਟੈਕਟ ਕਰੋ ਤੁਸੀਂ ਇਹ ਬਾਥਰੂਮ ਏਰੀਆ ਚੈੱਕ ਕਰੋ ਇਹਦੀ ਕੈਂਟਰੀ ਬਾਹਰੋਂ ਲੌਬੀ ਤੋਂ ਵੀ ਹੈਗੀ ਜੇ ਗੈਸਟ ਲੋਗ ਵੀ ਇਸ ਬਾਥਰੂਮ ਨੂੰ ਯੂਜ਼ ਕਰ ਸਕਦੇ ਨਾਲ ਹੀ ਇਹ ਕਮਰੇ ਦੇ ਨਾਲ ਵੀ ਅਟੈਚ ਹੈਗਾ ਜੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਦਿੱਤੇ ਇਨਫੋਰਮੇਸ਼ਨ ਆਪ ਜੀ ਨੂੰ ਕਾਫੀ ਅੱਛੀ ਲੱਗਦੀ ਹੋएगी ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਨਲੌਕ ਸੁਪਰ ਪ੍ਰਾਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ ਲਾਈਕ ਐਂਡ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਅੱਛੀ ਇਨਫੋਰਮੇਸ਼ਨ ਵੀਡੀਓ ਅਸੀਂ ਆਪਣੇ ਕਲਾਈਂਟ ਲਈ ਲੈ ਕੇ ਆਂਦੇ ਰਹਿਣੇ ਤਾਂ ਸਾਡਾ ਚੈਨਲ YouTube Facebook ਦੋਨੋਂ ਜਗ੍ਹਾ ਤੇ ਪਲੀਜ਼ ਲਾਈਕ ਐਂਡ ਸ਼ੇਅਰ ਕਰੋ ਤੁਸੀਂ ਇਹ ਥਰਡ ਬੈਡਰੂਮ ਚੈੱਕ ਕਰੋ ਇਸ ਬੈਡਰੂਮ ਦੇ ਅੰਦਰ ਆਪ ਜੀ ਨੂੰ ਵਿੰਡੋ ਐਸੀ ਲਗਾ ਕੇ ਦਿੱਤਾ ਜਾ ਰਿਹਾ ਹੈਗਾ ਇਹਨੂੰ ਤੁਸੀਂ ਐਜ਼ ਅ ਗੈਸ ਬੈਡਰੂਮ ਤੇ ਤੌਰ ਤੇ ਵੀ ਇਸਤੇਮਾਲ ਕਰ ਸਕਦੇ ਹੋ ਕਾਫੀ ਅੱਛੇ ਤਰੀਕੇ ਨਾਲ ਹੈਵੀ ਵੈਲ ਮੇਨਟੇਨਡ ਡੈਕੋਰੇਟ ਹੈਗਾ ਜੀ ਇਹਦੇ ਨਾਲ ਹੀ ਅਟੈਚ ਬਾਥਰੂਮ ਆਪ ਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ ਗਰਾਉਂਡ ਫਲੋਰ ਦਾ ਇਹ ਕੋਰਨਰ ਦਾ ਫਲੈਟ ਹੈਗਾ ਜੀ ਇਹਦੇ ਅੰਦਰ ਦੋ ਕਾਰ ਪਾਰਕਿੰਗ ਦਾ ਆਪ ਜੀ ਨੂੰ ਸਪੇਸ ਮਿਲਦੀ ਹੈ ਇੱਕ ਫਰੰਟ ਸਾਈਡ ਤੋਂ ਮਿਲਦੀ ਹੈ ਇੱਕ ਸਾਈਡ ਤੋਂ ਮਿਲਦੀ ਹੈ ਆ ਗਈਏ ਤੁਸੀਂ ਚਾਹੋ ਤੇ ਇਸ ਤੁਸੀਂ ਦੁਕਾਨ ਦੇ ਅੰਦਰ ਵੀ ਕਨਵਰਟ ਕਰ ਸਕਦੇ ਹੋ ਕਾਫੀ ਲੋਕਾਂ ਨੇ ਕਮਰਸ਼ੀਅਲ ਯੂਜ਼ ਇਹਦੇ ਅੰਦਰ ਬਣਾਇਆ ਹੋਇਆ ਹੈਗਾ ਇਹ ਰੂਮ ਦੇਖੋ ਇਹ ਯੂਟਿਲਿਟੀ ਰੂਮ ਹੈਗਾ ਜੇ ਤੁਸੀਂ ਚਾਹੋ ਤੇ ਇਹਨੂੰ ਐਜ਼ ਅ ਸਰਵੈਂਟ ਰੂਮ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਹਦੇ ਨਾਲ ਇੱਕ ਡਕਟ ایرিয়া ਦਿੱਤਾ ਗਿਆ ਜਿਹਨੂੰ ਐਜ਼ ਅ ਵਾਸ਼ਿੰਗ ایرিয়া ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖੋ ਪ੍ਰੋਪਰ ਵਾਸ਼ਿੰਗ ਮਸ਼ੀਨ ਲਗਾਏਗੀ ਪਾਣੀ ਦੇ ਇਨਲੈਟ ਆਊਟਲੈਟ ਪੁਆਇੰਟ ਬਣਾਏ ਗਏ ਹੈਗੇ ਨੇ ਇਸ ਤੋਂ ਇਲਾਵਾ ਬੈਕ ਸਾਈਡ ਤੇ ਆਪ ਜੀ ਨੂੰ ਇੱਕ ਕਾਰ ਪਾਰਕਿੰਗ ਦਾ ਹੋਰ ਸਪੇਸ ਦਿੱਤੀ ਜਾ ਰਹੀ ਹੈ ਇਹਦੇ ਬਾਹਰ ਵੀ ਤੁਸੀਂ ਦੇਖੋ ਕਾਫੀ ਅੱ ਤੁਸੀਂ ਚਾਹੋ ਤਾਂ ਇਸ ਪਾਰਕਿੰਗ ਸਪੇਸ ਨੂੰ ਬੜੇ ਅੱਛੇ ਤਰੀਕੇ ਨਾਲ ਦੁਕਾਨ ਦੇ ਅੰਦਰ ਕਨਵਰਟ ਕਰਕੇ ਕਮਰਸ਼ੀਅਲ ਯੂਜ਼ ਕਰ ਸਕਦੇ ਹੋ ਕਾਰਨਰ ਦੀ ਪ੍ਰਾਪਰਟੀ ਹੈ ਜੀ ਇਹ ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਹੈ ਰਣਜੀਤ ਐਵੇਨਿਊ ਬੀ ਬਲਾਕ ਚ ਲੋਕੇਟਿਡ ਹੈ ਜੀ ਗਰਾਉਂਡ ਫਲੋਰ ਹੈਗਾ ਜੀ 3 ਬੀ ਐਚ ਕੇ ਹੈਗਾ ਜੀ ਪਾਰਕ ਫੇਸਿੰਗ ਹੈ ਨਾਰਥ ਫੇਸਿੰਗ ਹੈ ਜੀ ਬਹੁਤ ਹੀ ਅੱਛੀ ਆਫ ਦੀ ਆਪਸ਼ਨ ਹੈ ਜੀ ਅਸੀਂ ਤੁਹਾਨੂੰ ਸਿਰ ਰਿਕੁਐਸਟ ਕਰਾਂਗੇ ਕਿ ਇਸ ਤਰ੍ਹਾਂ ਦੀ ਆਪਸ਼ਨ ਅਗਰ ਤੁਹਾਨੂੰ ਲੈਣੀ ਹੈ ਤਾਂ ਜਲਦੀ ਜਲਦੀ ਸਾਡੇ ਨਾਲ ਕੰਟੈਕਟ ਕਰੋ ਆਫ ਦੀ ਆਪਸ਼ਨ ਅਸੀਂ ਤੁਹਾਡੇ ਲਈ ਫੁੱਲੀ ਫਰਨੀਸ਼ ਲੈ ਕੇ ਆਏ ਹੈਗੇ ਆ ਬਿਲਕੁਲ ਰੈਡੀ ਟ अनुपूरी उम्मीद है कि ये आप जी नु बहुत ही सोणा लगेगा क्योंकि काफी अच्छी प्राइम लोकेशन है शहर ਦੇ ਬਿਲਕੁਲ ਸੈਂਟਰ ਏਰੀਆ ਦੇ ਵਿੱਚ ਲੋਕੇਟਿਡ ਹੈਗਾ ਜੀ ਇਸ ਤੋਂ ਇਲਾਵਾ ਥੱਲੇ ਆਪ ਜੀ ਨੂੰ ਇੱਕ ਬਾਬਾ ਜੀ ਦਾ ਰੂਮ ਵੀ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਜੀ ਬਹੁਤ ਹੀ अच्छी ਇਸ ਘਰ ਦੇ ਅੰਦਰ ਸਪੇਸ ਦਿੱਤੀ ਗਈ ਹੈ ਔਰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਇਸ ਘਰ ਦੇ ਅੰਦਰ ਆਪ ਜੀ ਨੂੰ ਬਣਾ ਕੇ ਦਿੱਤੀ ਜਾ ਰਹੀ ਹੈ ਆਓ ਆਪ ਜੀ ਨੂੰ ਘਰ ਦੇ ਬਾਹਰ ਜਿਹੜਾ ਸੈਂਟਰਲ ਪਾਰਕ ਹੈਗਾ ਉਹ ਏਰੀਆ ਚੈੱਕ ਕਰਵਾਨੇ ਹੈਗੇ ਕਾਫੀ ਅੱਛਾ ਹੈ ਵੱਡਾ ਪਾਰਕ ਹੈਗਾ ਜੀ ਪਾਰਕ ਦੇ ਚਾਰੇ ਤਰਫ ਫਲੈਟ ਬਣੇ ਹੋਏ ਨੇ ਪਾਰਕ ਹੋਣ ਕਰਕੇ ਤੁਹਾਨੂੰ ਕਦੇ ਵੀ ਪਾਰਕਿੰਗ ਦਾ ਇਸ਼ੂ ਨਹੀਂ ਆ ਸਕਦਾ ਔਰ ਕਾਫੀ ਇਹ ਸਪੇਸ਼ੀਅਸ ਏਰੀਆ ਹੈਗਾ ਜੀ ਕਾਫੀ ਅਚੀ ਪ੍ਰਾਈਮ ਲੋਕੇਸ਼ਨ ਹੈਗੇ ਤੁਸੀਂ ਚਾਹੋ ਤੇ ਇਸ ਫਲੈਟ ਨੂੰ ਐਜ਼ ਅ ਕਮਰਸ਼ੀਅਲ ਯੂਜ਼ ਵੀ ਕਰ ਸਕਦੇ ਹੋ ਕਈ ਲੋਕ ਇੱਥੇ ਕਮਰਸ਼ੀਅਲ ਇਸ ਪ੍ਰੋਪਰਟੀ ਦਾ ਯੂਜ਼ ਕਰਦੇ ਹੈਗੇ ਨੇ ਤੁਸੀਂ ਇਹਦਾ ਡਰੋਨ ਵਿਊ ਵੇਖੋ ਚਾਰੇ ਤਰਫ ਤੋਂ ਹੀ ਦੇਖੋ ਕਾਫੀ ਅਚੀ ਆਪਸ਼ਨਸ ਹੈਗੀਆਂ ਨੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਪ੍ਰੋਪਰਟੀ ਆਪ ਜੀ ਨੂੰ ਬਹੁਤ ਹੀ ਸੋਹਣੀ ਲੱਗੀ ਹੋਏਗੀ ਵੀਡੀਓ ਨੂੰ ਪੂਰਾ ਦੇਖਣ ਲਈ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹੈਗੇ ਆਂ ਇਸ ਤਰ੍ਹਾਂ ਦੀਆਂ ਅੱਛੀਆਂ ਪ੍ਰਾਪਰਟੀਆਂ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰੋ ਅਗਰ ਤੁਸੀਂ ਕੋਈ ਪ੍ਰਾਪਰਟੀ ਸੇਲ ਵੀ ਕਰਨਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰੋ ਆਪਣੇ ਘਰ ਦੀ ਫ੍ਰੀ ਐਡ ਲਾਣ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅੰਮ੍ਰਿਤਸਰ ਦੇ ਅੰਦਰ ਅਗਰ ਤੁਸੀਂ ਘੱਟ ਬਜਟ ਦੀ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਜਾਂ ਹਾਈ ਰੇਂਜ ਸਾਡੀ ਤੇ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਆਪਸ਼ਨ ਹੈਗੀਆਂ ਨੇ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਆਫਿਸ ਨਿਊ ਅੰਮ੍ਰਿਤਸਰ ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੇ ਕੋਲ ਅੰਮ੍ਰਿਤਸਰ ਦੇ ਹਰੇਕ ਏਰੀਆ ਤੇ ਡਿਫਰੈਂਟ ਤਰ੍ਹਾਂ ਦੀ ਪ੍ਰਾਪਰਟੀਆਂ ਅਵੇਲੇਬਲ ਹੈਗੀਆਂ ਨੇ ਤੁਸੀਂ ਸਾਡੇ ਨਾਲ ਇੱਕ ਵਾਰ ਮਿਲੋ ਤੁਹਾਡੇ ਅਸੀਂ ਬਿਲਕੁਲ ਪੂਰੀ ਹੈਲਪ ਕਰਾਂਗੇ ਅਗਰ ਤੁਹਾਨੂੰ ਲੋਨ ਲੈਣਾ ਤੇ ਉਹ ਵੀ ਤੁਹਾਨੂੰ ਅਸੀਂ ਕਰਵਾ ਕੇ ਦੇਵਾਂਗੇ ਅੰਮ੍ਰਿਤਸਰ ਦੇ ਨਜ਼ਦੀਕ ਜਿਹੜੇ ਪਿੰਡਾਂ ਦੀਆਂ ਪ੍ਰਾਪਰਟੀਆਂ ਉਹ ਵੀ ਅਗਰ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਸਾਡੇ ਨਾਲ ਕੰਟੈਕਟ ਕਰੋ ਸਾਡਾ ਮੇਨ ਆਫਿਸ ਨਿਊ ਅੰਮ੍ਰਿਤਸਰ ਅ ਸੇਲ ਪਰਚੇਸ ਲਈ ਕੰਟੈਕਟ ਕਰੋ ਆਪਣਾ ਨਵਾਂ ਘਰ ਤਿਆਰ ਕਰਨ ਲਈ ਸਾਡੇ ਨਾਲ ਕੰਟੈਕਟ ਕਰੋ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ